ਤੁਸੀਂ ਵੇਖ ਰਹੇ ਹੋ ਪੰਜਾਬ ਟੂਡੇ ਨਿਊਜ਼। ਪੂਰਨ ਤੌਰ 'ਤੇ ਕਰਫਿਊ ਲੱਗ ਗਿਆ, ਜਿਹੜਾ ਪੂਰਨ ਤੌਰ 'ਤੇ ਕਰਫਿਊ ਲੱਗ ਗਿਆ ਕੋਈ ਵੀ ਬੰਦਾ ਬਾਹਰ ਨਜ਼ਰ ਨਹੀਂ ਆਊਗਾ, ਸਖਤੀ ਨਾਲ ਲਾਗੂ ਕੀਤਾ ਜਾਊਗਾ ਅਗਲੇ ਹੁਕਮ ਤੱਕ। ਜਦੋਂ ਅਗਲਾ ਹੁਕਮ ਹੋਵੇਗਾ ਫਿਰ ਦੇਖਾਂਗੇ। ਪੂਰਨ ਤੌਰ 'ਤੇ ਕਰਫਿਊ ਲੱਗ ਗਿਆ, ਕੋਈ ਵੀ ਬੰਦਾ ਸੜਕ 'ਤੇ ਨਜ਼ਰ ਨਹੀਂ ਆਊਗਾ। ਬਾਕੀ ਮੈਡੀਕਲ ਸਟੋਰਾਂ ਵਾਸਤੇ ਜੋ ਵੀ ਹੁਕਮ ਆਵੇ ਦੱਸਾਂਗੇ ਦੁਬਾਰੇ। ਪੂਰਨ ਤੌਰ 'ਤੇ ਕਰਫਿਊ ਲੱਗ ਗਿਆ, ਜਿਹੜਾ ਪੂਰਨ ਤੌਰ 'ਤੇ ਕਰਫਿਊ ਲੱਗ ਗਿਆ ਕੋਈ ਵੀ ਬੰਦਾ ਬਾਹਰ ਨਜ਼ਰ ਨਹੀਂ ਆਊਗਾ, ਸਖਤੀ ਨਾਲ ਲਾਗੂ ਕੀਤਾ ਜਾਊਗਾ ਅਗਲੇ ਹੁਕਮ ਤੱਕ। ਜਦੋਂ ਅਗਲਾ ਹੁਕਮ ਹੋਵੇਗਾ ਫਿਰ ਦੇਖਾਂਗੇ। ਪੂਰਨ ਤੌਰ 'ਤੇ ਕਰਫਿਊ ਲੱਗ ਗਿਆ ਕੋਈ ਵੀ ਬੰਦਾ ਸੜਕ 'ਤੇ ਨਜ਼ਰ ਨਹੀਂ ਆਊਗਾ। ਬਾਕੀ ਮੈਡੀਕਲ ਸਟੋਰਾਂ ਵਾਸਤੇ ਜੋ ਵੀ ਹੁਕਮ ਆਵੇ ਦੱਸਾਂਗੇ ਦੁਬਾਰੇ। ਪਰ ਹੁਣ ਫਿਲਹਾਲ ਸਾਡਾ ਇਹ ਮਕਸਦ ਹੈ ਵੀ ਜਿਹੜਾ ਕਰਫਿਊ ਲੱਗਿਆ ਪੂਰਨ ਤੌਰ 'ਤੇ, ਇਹਦਾ ਸਾਰੇ ਵਸਨੀਕ ਸਾਨੂੰ ਸਹਿਯੋਗ ਦੇਣ। ਇਹ ਪੂਰਨ ਕਰਫਿਊ ਲੱਗਣ ਤੋਂ ਬਾਅਦ ਹੀ ਇਹ ਕੰਟਰੋਲ 'ਚ ਹੋਣਾ ਸੀ, ਜਿਹੜਾ ਕਿ ਹੁਣ ਲੱਗ ਚੁੱਕਾ ਹੈ। ਹੁਣ ਮੈਂ ਬੇਨਤੀ ਕਰਦਾ ਪਲੀਜ਼ ਕੋਈ ਵੀ ਵਿਅਕਤੀ ਬਾਹਰ ਨਾ ਨਿਕਲਣ, ਜੇਕਰ ਨਿਕਲੇ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਊਗੀ, ਕੋਈ ਵੀ ਬੰਦਾ ਹੋਵੇ ਚਾਹੇ। ਥੈਂਕ ਯੂ। ਬਿਲਕੁਲ ਉਹਨਾਂ 'ਤੇ ਕਾਰਵਾਈ ਕੀਤੀ ਜਾਊਗੀ, ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਊਗੀ, ਬਿਲਕੁਲ ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ। ਸਖਤੀ ਨਾਲ ਕਰਨਾ, ਅਸੀਂ 2 ਦਿਨ ਤੋਂ ਲਗਾਤਾਰ ਅਵੇਅਰਨੈਸ ਵਾਸਤੇ ਲੱਗੇ ਹੋਏ ਹਾਂ। ਹੁਣ ਸਰਕਾਰ ਦਾ ਹੁਕਮ ਹੋਇਆ ਕਰਫਿਊ ਲਾਉਣ ਦਾ, ਅਸੀਂ ਹੁਣ ਪੂਰਨ ਤੌਰ 'ਤੇ ਕਰਫਿਊ ਲੱਗਿਆ, ਸਾਡੇ ਸਾਰੀ ਪੁਲਿਸ ਬਾਹਰ ਹੈ, ਅਤੇ ਪਲੀਜ਼ ਸਾਡਾ ਸਹਿਯੋਗ ਦਿਓ, ਸਾਨੂੰ ਮਜਬੂਰ ਨਾ ਕਰੋ ਕਿਸੇ ਕੰਮ 'ਚ। ਬਿਲਕੁਲ ਅਗਲੇ ਹੁਕਮ ਤੱਕ ਹੈ, ਜਦੋਂ ਨਵਾਂ ਕੋਈ ਹੁਕਮ ਹੋਊਗਾ ਦੱਸਾਂਗੇ ਅਗਲਾ। ਰੂਹਾਨੀ ਤੇ ਕਾਲੇ ਇਲਮ ਦੇ ਮਾਹਿਰ ਬੀਬੀ ਰਾਜਵਿੰਦਰ ਜੀ, ਸਾਰੀਆਂ ਸਮੱਸਿਆਵਾਂ ਦਾ ਹੱਲ 2 ਘੰਟੇ ਵਿੱਚ ਘਰ ਬੈਠੇ। ਵਸ਼ੀਕਰਨ ਕਰਨਾ, ਮੁੱਠੀਕਰਨ ਕਰਨਾ ਜਾਂ ਤੁੜਵਾਉਣਾ, ਵਿਦੇਸ਼ ਯਾਤਰਾ ਵਿੱਚ ਰੁਕਾਵਟ, ਪੀਆਰ ਵਿੱਚ ਰੁਕਾਵਟ, ਲਵ ਮੈਰਿਜ ਪਿਆਰ 'ਚ ਰੁਕਾਵਟ, ਜੇਕਰ ਤੁਹਾਡਾ ਪਤੀ ਪਤਨੀ ਧੀ ਭੈਣ ਭਰਾ ਕਿਸੇ ਦੇ ਵਸ਼ 'ਚ ਹਨ, ਉਸ ਤੋਂ ਛੁਟਕਾਰਾ ਮੈਂ ਦਿਲਾਵਾਂਗੀ। ਲਾਟਰੀ ਚਾਹੇ ਕੋਈ ਵੀ ਹੋਵੇ, 649 ਲੋਟੋ ਮੈਕਸ ਜਾਂ ਮੈਗਾ ਮਿਲੀਅਨ ਗਰੰਟਿਡ ਨਿਕਲੇਗੀ। ਫੋਨ ਮਿਲਾਉਂਦੇ ਹੀ ਤੁਹਾਡੀ ਜ਼ਿੰਦਗੀ ਸਵਰ ਜਾਵੇਗੀ। ਸਾਰੀਆਂ ਸਮੱਸਿਆਵਾਂ ਦਾ ਹੱਲ 1125 ਰੁਪਏ 'ਚ ਗਰੰਟੀ ਨਾਲ ਕਰਾਓ। ਕਰੋ ਸੰਪਰਕ ਬੀਬੀ ਰਾਜਵਿੰਦਰ 81 400 66 7000।